ਅੱਜ ਤੁਹਾਨੂੰ ਦੁਨੀਆਂ ਦਾ ਹਰ ਮਜ਼ਹਬੀ ਜਮਾਤ ਦਾ ਆਲਮ ਫਤਵੇ ਦੇ ਸੀ, ਅਕਵਾਲ ਆਪਣੇ ਬਜ਼ੁਰਗਾਂ ਦੇ ਪੇਸ਼ ਕਰੇ ਸੀ, ਅਕਾਬੇਰੀਨ ਦੇ ਫਜ਼ਾਇਲ ਬਿਆਨ ਕਰੇ ਸੀ, ਮਗਰ ਨਹੀਂ ਸੁਣੀਂਦਾ ਤਾਂ ਕਿਹੜੀ ਕਿਤਾਬ? ਬੋਲੋ ਯਾਰ, ਅੱਲਾਹ ਦਾ ਕੁਰਾਨ ਕੋਈ ਨਹੀਂ ਸੁਣੀਂਦਾ। ਮੇਰੀ ਨਾਕਿਸ ਅਕਲ ਦੇ ਮੁਤਾਬਿਕ ਇਸ ਵਕਤ ਜਿਤਨਾ ਮਜ਼ਲੂਮ ਰੱਬ ਦਾ ਕੁਰਾਨ ਹੈ, ਇਤਨੀ ਦੁਨੀਆਂ ਦੀ ਕੋਈ ਕਿਤਾਬ ਨਹੀਂ ਹੈ। ਮੌਲਵੀ ਦਾ ਢਿੱਡ ਭਰੇ ਤਾਂ ਇਹੋ ਕੁਰਾਨ, ਕੋਈ ਨਹੀਂ ਭਰੇਦਾ। ਇਹ ਜਿਹੜੀ ਕੁਲ ਖਾਨੀ ਹੈ, ਕੁਲ ਇਹ ਕਿਹੜੀ ਕਿਤਾਬ ਦੇ? ਚਾਰ ਕੁਲ ਜੋ ਪੜ੍ਹਦਾ ਹੈ ਉਹ ਕਿੱਥੋਂ ਪੜ੍ਹਦਾ ਹੈ? ਬੋਲੋ ਯਾਰ, ਪੜ੍ਹਦਾ ਕਿੱਥੋਂ ਬੈਠਾ ਹੈ? ਯਾਨੀ ਕੁਰਾਨ ਪੜ੍ਹਦਾ ਹੈ, ਢਿੱਡ ਭਰੇਂਦਾ ਹੈ, ਮਗਰ ਕੁਰਾਨ ਨੂੰ ਖੋਲ ਕੇ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ। ਇਹੋ ਕੁਰਾਨ ਕਬਰਾਂ 'ਤੇ ਨਹੀਂ ਪੜ੍ਹਾਈਂਦੇ, ਇਹੋ ਕੁਰਾਨ ਨਵਾਂ ਮਕਾਨ ਪਵੇ ਤਾਂ ਕੁਰਾਨ ਖਾਨੀ ਤਾਲਬ ਇਲਮ ਨੂੰ ਛਡਾ ਕੇ ਨਹੀਂ ਕਰਾਈਂਦੇ। ਬੋਲੋ ਯਾਰ, ਧੀ ਦਾ ਬੇਟੀ ਦਾ ਅਗਰ ਰੁਖਸਤੀ ਦਾ ਟਾਈਮ ਆਵੇ ਤਾਂ ਸਭ ਤੋਂ ਪਹਿਲੇ ਜਹੇਜ਼ 'ਚ ਕਿਹੜੀ ਸ਼ੈ ਰੱਖਦੇ? ਇਹ ਕੁਰਾਨ ਜਹੇਜ਼ ਇਸ ਦੁਨੀਆਂ ਦਾ ਸਮਾਨ ਹੈ? ਜਿੱਥੇ ਤੂੰ ਤੇ ਮੈਂ ਧੀ ਤੇ ਭੈਣ ਨੂੰ ਪੇਟੀਆਂ ਤੇ ਬੈੱਡ ਤੇ ਬੜੀਆਂ ਚੀਜ਼ਾਂ ਲੈ ਕੇ, ਦੁਨੀਆਂ ਦਾ ਸਮਾਨ ਲੈ ਕੇ ਜਹੇਜ਼ ਤਿਆਰ ਕਰਨੇ ਹੈ, ਉੱਥੇ ਤੂੰ ਰੱਬ ਦੀ ਕਿਤਾਬ ਨੂੰ ਵੀ ਦੁਨੀਆਂ ਦੇ ਸਮਾਨ ਜਹੇਜ਼ ਦਾ ਸਮਾਨ ਬਣਾਏ ਤਾਂ ਫਿਰ ਤੈਨੂੰ ਕੌਣ ਮੁਸਲਮਾਨ ਆ ਗਏ? ਇਹ ਦੁਨੀਆਂ ਦਾ ਸਮਾਨ ਹੈ ਤੇ ਫਿਰ ਦੇਂਦੇ ਕਿੱਥੇ ਪਿਆ ਹੈ? ਜਹੇਜ਼ 'ਚ ਜੋੜਾ ਟੁਰਿਆ ਵੈਂਦਾ ਹੈ, ਉੱਤੋਂ ਕੁਰਾਨ ਹੈ। ਮੀਆਂ ਬੀਵੀ ਦਾ ਨਵਾਂ ਜੋੜਾ ਰੁਖਸਤ ਹੋਣ ਲੱਗਦਾ ਤਾਂ ਉੱਤੋਂ ਸਾਇਆ ਕਿਹੜੀ ਸ਼ਾਇਦ ਹੈ? ਲਾ ਹੌਲ ਵਲਾ ਕੁਵਤ ਇਲਾ। ਅਗਰ ਇਹ ਕੰਮ ਸੋਹਣੇ ਮੁਹੰਮਦ ਪਾਕ ਦੀ ਪਾਕ ਸ਼ਰੀਅਤ ਦਾ ਹਿੱਸਾ ਹਨ, ਤੇਰੀਆਂ ਮੇਰੀਆਂ ਧੀਆਂ ਦੀ ਕਿਆ ਹੈਸੀਅਤ ਹੈ? ਉਹ ਤਾਂ ਸ਼ਹਿਜ਼ਾਦੀ ਆਈ ਹਜ਼ਰਤ ਫਾਤਮਾ ਤੋਂ ਜ਼ੋਹਰਾ ਰਜ਼ੀ ਅੱਲਾਹ ਤਾਲਾ ਅਨਹਾ, ਜਿਸ ਦੇ ਬਾਪ ਜੈਸਾ ਕਿਆਮਤ ਤੱਕ ਰੱਬ ਨਾ ਬਣਾਵਣ ਦੀ ਕਸਮ ਚਾਹੀ ਹੈ। ਉਹ ਆਪਣੀ ਬੇਟੀ ਲਖਤ ਜਿਗਰ ਨੂੰ ਜੋ ਰੁਖਸਤ ਕਰੇਂਦਾ ਪਿਆ ਹੈ ਤਾਂ ਉਸ ਕਿਉਂ ਨਾ ਆਪਣੀ ਧੀ ਦੇ ਸਿਰ ਤੇ ਸਾਇਆ ਕੁਰਾਨ ਦਾ ਕਰਾਇਆ? ਸੋਹਣਾ ਮੁਹੰਮਦ ਕਰੀਮ ਆਪਣੀ ਮਾਸੂਮ ਬੇਟੀ ਦੇ ਮੱਥੇ ਤੋਂ ਬੋਸਾ ਲੈ ਕੇ ਫਰਮਾਇਆ, ਮੇਰੀ ਬੇਟੀ ਸਲੀਨੀ ਮਿਮਾਲੀ ਮਾ ਸ਼ੇਤੇ, ਤੇਰਾ ਪਿਓ ਜੀਂਦਾ ਹੈ, ਕੋਈ ਸ਼ੈ ਮੰਗਣੀ ਹੈ ਤਾਂ ਮੰਗ ਲੈ ਆਪਣੇ ਬਾਬੇ ਮੁਹੰਮਦ ਕੋਲੋਂ, ਮਤਾ ਤੇਰੇ ਦਿਲ ਦੇ ਅੰਦਰ ਇਹ ਹਸਰਤ ਨਾ ਰਹਿ ਜਾਏ ਕਿ ਧੀਆਂ ਤਾਂ ਖੁੱਲ ਕੇ ਮੁਤਾਲਬੇ ਮਾਵਾਂ ਅੱਗੋਂ ਕਰਦੀਆਂ ਕਿ ਮੇਰੀ ਮਾਂ ਅੰਮਾ ਖਦੀਜਾ ਤੁਲ ਕੁਬਰਾ ਤੋਂ ਰਹੀ ਨਹੀਂ। ਆਖਿਰ ਹੀ ਫਿਤਰਤੀ ਤੌਰ ਤੇ ਹਰ ਧੀ ਦੇ ਅੰਦਰ ਰੱਬ ਸ਼ਰਮੋ ਹਯਾ ਦਾ ਠੱਪਾ ਲਗਾ ਦਿੰਦਾ ਹੈ। ਮੈਂ ਕਿਵੇਂ ਪਿਓ ਨੂੰ ਆਖਾਂ ਜੋ ਮੈਨੂੰ ਫਲਾਂ ਦੁਪੱਟਾ ਲੈ ਦੇ, ਫਲਾਂ ਬਿਸਤਰਾ ਮੇਰਾ ਤਿਆਰ ਕਰ? ਸ਼ਰਮੋ ਹਯਾ ਦਾ ਪੁਤਲਾ ਫਾਤਮਾ ਤੋਂ ਜ਼ਹਰਾ ਉਸਨੂੰ ਸੈਯਦੁਲ ਅੰਬਿਆ ਕਹਿ ਰਿਹਾ ਹੈ, ਸਲੀਨੀ ਮਿਮਾਲੀ ਮਾਸ਼ੇ ਤੇ, ਜੋ ਮੰਗਣਾ ਹੀ ਅੱਜ ਖੁੱਲ ਕੇ ਮੰਗ ਲੈ ਆਪਣੇ ਬਾਪ ਕੋਲੋਂ। ਮਗਰ ਮੇਰੀ ਧੀ ਲਾ ਉਗਨੀ ਅਨਕ ਮਿਨ ਅੱਲਾਹ ਸ਼ਈਆ,
ਅਗਰ ਤੂੰ ਆਪਣੇ ਬਾਬੇ ਮੁਹੰਮਦ ਦੇ ਨਕਸ਼ੇ ਕਦਮ ਤੇ ਨਾ ਚੱਲੀ, ਸੋਹਣੇ ਪੈਗੰਬਰ ਦੀ ਤਾਲੀਮ ਉਹ ਤਰਬੀਅਤ ਦਾ ਖਿਆਲ ਨਾ ਕੀਤਾ, ਤਾਂ ਸੁਣ ਲੈ ਫਿਰ ਦਿਨ ਕਿਆਮਤ ਦੇ ਤੇਰਾ ਬਾਬਾ ਵੀ ਤੈਨੂੰ ਬਚਾਉਣ ਦੀ ਤਾਕਤ ਨਹੀਂ ਰੱਖਦਾ। ਤੂੰ ਤੇ ਮੈਂ ਕਿਸ ਬਾਗ ਦੀ ਮੋਲੀ ਹੈ, ਤੇਰੀ ਮੇਰੀ ਹੈਸੀਅਤ ਹੀ ਕਿਆ ਹੈ। ਇਹ ਉਹ ਧੀ ਹੈ ਜਿਹੜੀ ਅਜੇ ਘਰੋਂ ਚੱਲਦੀ ਹੈ ਤੇ ਰੱਬ ਜਿਬਰਾਈਲ ਅਮੀਨ ਨੂੰ ਪਹਿਲੇ ਭੇਜ ਕੇ ਸੋਹਣੇ ਮੁਹੰਮਦ ਪਾਕ ਨੂੰ ਦੱਸਦਾ ਕਿ ਮੇਰਾ ਮਹਿਬੂਬ ਫਾਤਿਮਾ ਆਉਂਦੀ ਪਈ ਹੈ, ਤੇ ਇੱਕ ਤਾਂ ਉਹਦੇ ਵਾਸਤੇ ਚਾਦਰ ਵੀ ਛਾ ਰੱਖ, ਤੇ ਉਹਦੇ ਆਉਣ ਨਾਲ ਉਹਦੇ ਮੱਥੇ ਤੋਂ ਬੋਸਾ ਲੈ ਕੇ ਉਹਨੂੰ ਆਖੇ ਫਾਤਿਮਾ ਤੈਨੂੰ ਰੱਬ ਪਿਆ ਸਲਾਮ ਦਿੰਦਾ ਹੈ। ਮਗਰ ਬਾਬਾ ਮੁਹੰਮਦ ਆਪਣੀ ਬੇਟੀ ਨੂੰ ਫਿਰ ਵੀ ਵਸੀਅਤ ਕਰ ਰਿਹਾ ਹੈ ਕਿ ਜੇ ਦਿਨ ਕਿਆਮਤ ਦੇ ਮੇਰੇ ਇਕੱਠੇ ਰਹਿਣਾ ਪਸੰਦ ਕਰਦੀ ਹੈ ਤਾਂ ਫਿਰ ਇਸ ਕੁਰਾਨ ਨਾਲੋਂ ਫੁੱਟਣ ਦੀ ਇਜਾਜ਼ਤ। ਬੋਲੋ ਯਾਰ, ਇੱਥੇ ਜਮਾਤਾਂ 'ਚ ਤਕਸੀਮ ਹੋ ਗਏ, ਫਿਰਕਿਆਂ 'ਚ ਤਕਸੀਮ ਹੋ ਗਏ। ਇੱਕ ਮੁੱਲਾ ਉੱਠੀਂਦਾ ਉਹ ਆਦਾ ਖਬਰਦਾਰ ਇਹਨਾਂ ਦਾ ਇੱਥੇ ਜਲਸਨ ਹੋਵੇ, ਦੂਆ ਉੱਠੀਂਦਾ ਖਬਰਦਾਰ ਇਹ ਸਾਰੇ ਕਾਫਿਰ ਇਹਨਾਂ ਦੇ ਨੇੜੇ ਨਾ ਲੱਗਿਆ ਹੈ। ਅੱਛਾ ਉਹ ਸਾਨੂੰ ਆਖਣ ਕਾਫਿਰ, ਅਸਾਂ ਉਹਨਾਂ ਨੂੰ ਆਖਾਂ ਕਾਫਿਰ, ਤਾਂ ਵੱਲ ਤਾਂ ਮੁਸਲਮਾਨ ਰਿਹਾ ਹੀ ਕੋਈ ਨਾ, ਕੋਈ ਰਹਿੰਦਾ ਹੈ? ਇੱਕ ਦੂਜੇ ਨੂੰ ਕਿਰਾੜ ਬਣਾਈ ਰੱਖੀਏ ਤੇ ਜੰਨਤ 'ਚ ਕਾਹੇ ਬੈਣਾ ਨੇ। ਸਹੀ ਗੱਲ। ਅੱਲਾ ਦੇ ਬੰਦੇ ਤਾਂ ਅਸੁਭ ਜ਼ਿੱਦ ਨਫ਼ਰਤ ਕੱਢੋ ਦਿਲ 'ਚੋਂ, ਤੇ ਜੇ ਨਿਕਲਣੀ ਹੈ ਤਾਂ ਰੱਬ ਦੀ ਰਹਿਮਤ ਦਾ ਹੋਣਾ ਜ਼ਰੂਰੀ ਹੈ, ਤੇ ਰੱਬ ਦੀ ਰਹਿਮਤ ਦਾ ਹੋਣਾ ਜੇ ਜ਼ਰੂਰੀ ਹੈ ਤਾਂ ਕੁਰਾਨ 'ਤੇ ਇਮਾਨ ਰੱਖਣਾ ਜ਼ਰੂਰੀ ਹੈ।